ਸਿਕਲ ਦੋਸਤੋ, ਜਿੱਥੇ ਦੁਨੀਆ ਦੇ ਵਿੱਚ ਸੇਵਾ ਕਰਨ ਵਾਲੇ ਲੋਕ ਨੇ ਉੱਥੇ ਦਰਿੰਦੇ ਵੀ ਬਹੁਤ ਨੇ। ਵੀਰ ਨਰਵੈਰ ਸਿਆਂ ਨੇ ਇੱਕ ਬਜ਼ੁਰਗ ਨੂੰ ਜਦੋਂ ਰਿਕਸ਼ਾ ਕਿਰਾਏ 'ਤੇ ਲੈ ਕੇ ਦਿੱਤਾ, ਉਹ ਬਜ਼ੁਰਗ ਜਿਸਦਾ ਆਪਣਾ ਰਿਕਸ਼ਾ ਚੋਰੀ ਹੋ ਗਿਆ ਸੀ ਅਤੇ ਉਸਦੇ ਕੋਲ ਆਪਣੇ ਗੁਜ਼ਾਰੇ ਦੇ ਲਈ, ਰੁਜ਼ਗਾਰ ਦੇ ਲਈ ਕੋਈ ਵੀ ਸਾਧਨ ਨਹੀਂ ਸੀ, ਤਾਂ ਵੀਰ ਨਰਵੈਰ ਸਿਆਂ ਨੇ ਉਸ ਨੂੰ ਇੱਕ ਰਿਕਸ਼ਾ ਕਿਰਾਏ 'ਤੇ ਲੈ ਕੇ ਦਿੱਤਾ। ਪਰ ਉਸ ਪੱਥਰ ਦਿਲ ਇਨਸਾਨ ਜਿਸ ਤੋਂ ਕਿ ਉਹ ਰਿਕਸ਼ਾ ਕਿਰਾਏ 'ਤੇ ਲਿਆ ਸੀ, ਉਸ ਨੇ ਉਸ ਬਜ਼ੁਰਗ ਦੀ ਮਜਬੂਰੀ ਤੱਕ ਨਾ ਸਮਝੀ ਅਤੇ ਉਸ ਤੋਂ ਰਿਕਸ਼ਾ ਖੋ ਕੇ ਲੈ ਗਿਆ। ਅਤੇ ਫਿਰ ਕੀ ਸੀ, ਉਸ ਬਜ਼ੁਰਗ ਨੇ ਫਿਰ ਫੋਨ ਕੀਤਾ ਵੀਰ ਨਰਵੈਰ ਸਿਆਂ ਨੂੰ ਅਤੇ ਅੱਗੇ ਕੀ ਹੋਇਆ, ਆਓ ਤੁਹਾਨੂੰ ਲੈ ਚੱਲਦੇ ਹਾਂ ਮੌਕੇ ਦੀ ਘਟਨਾ ਵੱਲ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਨਾ ਬਜ਼ੁਰਗ ਆ ਅਤੇ ਉਹਨਾਂ ਦੇ ਕੋਲ ਜਾ ਰਿਹਾ, ਉਹਨਾਂ ਨੂੰ ਨਾ ਕੋਈ 4-5 ਦਿਨ ਪਹਿਲੇ ਹੀ ਰਿਕਸ਼ਾ ਦਿੱਤਾ ਸੀ ਉਹਨਾਂ ਦਾ, ਕੋਈ ਰਿਕਸ਼ਾ ਜਿਹੜਾ ਕਿਰਾਏ ਤੇ ਚਲਾਉਂਦੇ ਸੀ ਉਹ ਲਿਆ ਗਿਆ ਕੋਈ ਚੁੱਕ ਕੇ। ਤੇ ਹੁਣ ਹਾਲਾਤ ਇਸ ਤਰ੍ਹਾਂ ਦੇ ਹੋਏ ਆ ਕਿ ਜਿਹੜੇ ਬਜ਼ੁਰਗਾਂ ਦਾ ਰਿਕਸ਼ਾ ਜਿਹੜਾ ਲਿਆ ਗਿਆ ਨਾ, ਚੁੱਕ ਕੇ ਕਿਰਾਏ ਤੇ ਸੀ ਉਹ, ਤੇ ਕਿਰਾਏ ਵਾਲਾ ਜਿਹੜਾ ਰਿਕਸ਼ਾ ਅਸੀਂ ਦਿੱਤਾ ਉਹ ਵੀ ਖੋ ਕੇ ਲਿਆ ਗਿਆ। ਤੇ ਬਜ਼ੁਰਗ ਆਹ ਬੈਠੇ ਹੋਏ ਆ, ਆਹ ਦੇਖੋ। ਫਿਰ ਇਹਨਾਂ ਨੇ ਫੋਨ ਕੀਤਾ ਸੀ ਕਿ ਮੇਰਾ ਰਿਕਸ਼ਾ ਕਿਰਾਏ ਤੇ ਜਿਹੜਾ ਉਹ ਚੁੱਕ ਕੇ ਲੈ ਗਿਆ, ਮੇਰੀ ਮਦਦ ਕਰ ਦਿਓ। ਤੇ ਲੱਖ ਦੀ ਲਾਣਤ ਉਸ ਬੰਦੇ ਦੀ ਜਿਹੜਾ ਇਹਦਾ ਰਿਕਸ਼ਾ ਫਿਰ ਖੋ ਕੇ ਲੈ ਗਿਆ। ਹਾਂਜੀ ਪਿਆਰੇ ਹੋ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ, ਕਿੱਦਾਂ ਠੀਕ ਹੋ, ਕੀ ਗੱਲ ਹੋ ਗਈ ਆ? ਤੇ ਉਹ ਕਿਉਂ ਲੈ ਗਿਆ? ਤੇ ਫਿਰ ਹੁਣ ਦੋ ਬੰਦੇ ਵੀ ਗਏ ਤੈਨੂੰ ਦੇਖੋ, ਕੀ ਗੱਲ ਤੂੰ ਇੱਥੇ ਬਹਿ ਪਾਰ ਤੇ ਗੱਡੀ ਬਾਹਰ ਨਾ, ਗੱਡੀ ਨਵੀਂ ਵੱਡਾ ਗੇਟ ਖੋਲ ਕੇ ਤੇ ਗੱਡੀ ਮੇਰੀ ਅੰਦਰ ਲਾ ਦਿੱਤੀ। ਅੱਛਾ। ਤੇ ਕਹਿੰਦੇ ਅਸੀਂ ਜਾਂਦੇ ਹਾਂ ਜੀ ਦੁਕਾਨ ਤੇ, ਤੇ ਉਹਨੂੰ ਕਹਿੰਦੇ ਵੀ ਜੋ ਉਹਦੀ ਪੁਰਾਣੀ 3-4-5 ਹਜ਼ਾਰ ਵਾ ਦੇ ਦੇਣੇ ਆ, ਤੈਨੂੰ 700-700 ਰੁਪਇਆ ਕਰਕੇ ਹਫ਼ਤੇ ਦਾ 100 ਰੁਪਇਆ ਰੋਜ਼ ਹੋਊਗਾ, ਹਫ਼ਤੇ ਬਾਅਦ 700 ਰੁਪਇਆ। ਉਹ ਗਏ ਤੇ ਉਹਨਾਂ ਨੂੰ ਕਹਿੰਦਾ ਜਾਂ ਤਾਂ ਮੇਰਾ 12-4 ਹਜ਼ਾਰ ਦੀ ਗੱਡੀ ਆ ਜੀ, ਕਹਿੰਦਾ ਜਾਂ ਤਾਂ 12 ਹਜ਼ਾਰ ਰੁਪਇਆ ਮੇਰਾ ਇਕੱਠਾ ਦੇ ਜਾ, ਆਪਣੀ ਗੱਡੀ ਲੈ ਜਾ ਜਾਂ ਮੇਰੀ ਗੱਡੀ ਦੇ ਜਾ ਕੇ ਆਪਣੀ ਤੋਂ। ਅੱਛਾ, ਉਹ ਮੇਰਾ ਖੋ ਕੇ ਲੈ ਗਿਆ ਹੁਣ ਕੱਪੜੇ ਵੀ ਤੇ ਜਿਹੜੀ ਪਹਿਲੀ ਗੱਡੀ ਕਿਰਾਏ ਤੇ ਸੀ ਤੁਹਾਡੀ? ਕਿਰਾਏ ਤੇ। ਅੱਛਾ, ਉਹ ਜਿਹੜੀ ਤੁਹਾਡੀ ਚੋਰੀ ਹੋ ਗਈ ਆ? ਹਾਂਜੀ ਹਾਂਜੀ। ਤੇ ਜਿਹੜੀ ਮੈਂ ਤੁਹਾਨੂੰ ਦਿੱਤੀ ਸੀ ਲੈ ਕੇ ਉਹ ਲੈ ਗਏ? ਉਹ ਖੋ ਕੇ ਲੈ ਗਿਆ? ਇਹਨੇ ਵੇਖ ਲਿਆ ਵੀ ਨਵੀਂ ਗੱਡੀ ਬਾਬਿਆਂ ਨੇ ਦੇਤੀ ਆ, ਕਿਸੇ ਨੇ ਸੂਹ ਦਿੱਤੀ ਵੀ ਪਾਰਕ ਦੇ ਬਾਹਰ ਬੈਠਾ ਜੋ, ਕਹਿੰਦੇ ਮੈਂ ਚਲਾਈ ਨੀ ਸੀ ਗੱਡੀ। ਮੈਂ ਕਿਹਾ ਚੱਲ ਫੈਸਲਾ ਕਰਨ ਗਏ ਹੁਣ ਇੱਥੇ ਬਾਹਰ ਕੱਢ ਲਈਏ, ਹੁਣ ਕਿਹੜਾ ਡਰ ਆ। ਤੇ ਹੁਣ ਉਦੋਂ ਦੇ ਵਿਹਲੇ ਬੈਠੇ ਹੋ? ਵਿਹਲੇ ਬੈਠੇ ਪਾਰਕ ਦੇ ਵਿੱਚ। ਅੱਛਾ, ਸਵਾਲ ਇਹ ਹਾਲਾਤ ਆ ਕਿ ਬਜ਼ੁਰਗਾਂ ਨੂੰ ਨਵੀਂ ਗੱਡੀ ਲੈ ਕੇ ਦਿੱਤੀ ਸੀ ਤੇ ਇਹ ਪਹਿਲੇ ਕਿਰਾਏ ਤੇ ਚਲਾਉਂਦੇ ਸੀ ਤੇ ਕਿਰਾਏ ਵਾਲੀ ਗੱਡੀ ਚੋਰੀ ਹੋ ਗਈ, ਤੇ ਜਿਹੜੀ ਅਸੀਂ ਲੈ ਕੇ ਦਿੱਤੀ ਸੀ ਬਜ਼ੁਰਗਾਂ ਨੂੰ ਤਰਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਹੁਕਮਾਂ ਦੇ ਵਿੱਚ, ਤੇ ਉਹ ਗੱਡੀ ਕਿਰਾਏ ਵਾਲੇ ਖੋ ਕੇ ਲੈ ਗਏ ਆ। ਬਜ਼ੁਰਗੋ, ਲੈਣ ਨੂੰ ਤਾਂ ਅਸੀਂ ਲੈ ਕੇ ਆ ਜਾਈਏ, ਕੋਈ ਦਿੱਕਤ ਨੀ, ਪਰ ਮੈਨੂੰ ਤਾਂ ਲਾਣ ਤਾਂ ਪਾਉਣ ਨੂੰ ਦਿਲ ਕਰਦਾ ਉਸ ਬੰਦੇ ਦੇ ਕਿ ਤੁਹਾਡੇ ਹੱਥ ਵੀ ਨੀ ਹੈਗਾ ਨਾ, ਉਂਗਲਾਂ ਨੀ ਹੈਗੀਆਂ, ਉਂਗਲਾਂ ਵੀ ਨੀ ਹੈਗੀਆਂ, ਤੇ ਤੁਹਾਡੇ ਕੋਲ ਖੋ ਕੇ ਲੈ ਗਏ ਆ। ਧੰਨ ਗੁਰੂ ਰਾਮਦਾਸ, ਕੀ ਬਣੂਗਾ ਇਹੋ ਜਿਹੇ ਬੰਦਿਆਂ ਦਾ? ਇੱਕ ਗੱਡੀ ਕਿਸੇ ਨੇ ਲੈ ਕੇ ਦਿੱਤੀ ਆ ਬਜ਼ੁਰਗਾਂ ਨੂੰ ਚਲਾਉਣ ਵਾਸਤੇ ਤੇ ਉਹ ਵੀ ਖੋ ਕੇ ਲੈ ਗਏ, ਤੇ ਹੁਣ ਕਿੱਥੋਂ ਖਾਂਦੇ ਪਏ ਰੋਟੀ ਪਾਣੀ? ਕਿੱਦਾਂ ਫਿਰ ਕੋਈ ਕਮਾਈ ਦਾ ਸਾਧਨ? ਕਿੱਦਾਂ ਕੋਈ ਸਾਧਨ ਨਹੀਂ, ਰੋਟੀ ਪਾਣੀ ਦਾ ਕੋਈ ਘਰ ਵਾਲਾ ਦੇ ਦੇ। ਧੰਨ ਗੁਰੂ ਰਾਮਦਾਸ, ਤੇ ਆਹ ਹਾਲਾਤ ਆ ਇਹਨਾਂ ਦੇ ਬਜ਼ੁਰਗਾਂ ਦੇ। ਤੁਹਾਡੇ ਹਿਸਾਬ ਨਾਲ ਉਹਦਾ ਹੋਣਾ ਕੀ ਚਾਹੀਦਾ ਮਹਾਰਾਜ, ਕੀ ਕਰਨ ਜਿਹੜਾ ਤੁਹਾਡੀ ਗੱਡੀ ਖੋ ਕੇ ਲੈ ਕੇ ਗਿਆ? ਤੁਹਾਡਾ ਦਿਲ ਕੀ ਕਹਿੰਦਾ? ਮੇਰਾ ਦਿਲ ਦੇ ਦਿੰਦਾ ਭਾਜੀ, ਆ ਉਹਦੇ ਬੰਦੇ ਦਾ ਕਾਰੋਬਾਰ ਠੱਪ ਹੋ ਜਾਣਾ ਚਾਹੀਦਾ। ਕਾਰੋਬਾਰ ਠੱਪ ਹੋ ਜਾਣਾ ਚਾਹੀਦਾ ਜਿਹੜਾ ਤੁਹਾਡੀ ਗੱਡੀ ਖੋ ਕੇ ਲੈ ਗਿਆ, ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਤੁਹਾਨੂੰ ਦਿੱਤੀ ਸੀ। ਤੇ ਬਾਬਿਓ, ਤੁਹਾਡੇ ਬਚਨ ਸੱਤ ਹੋਣਗੇ ਹੁਣ, ਕਿਉਂਕਿ ਉਹ ਗੱਡੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਸੀ ਜਿਹੜੀ ਉਹ ਤੁਹਾਡੇ ਕੋਲ ਖੋ ਕੇ ਲੈ ਗਿਆ, ਜਿਹੜੇ ਇੱਕ ਗਰੀਬ ਕੋਲੋਂ ਦਿੱਤਾ ਹੋਇਆ ਖੋ ਕੇ ਲੈ ਗਏ, ਠੀਕ ਹੈ? ਤੇ ਬਾਕੀ ਤੁਹਾਡਾ ਗੁਰੂ ਬੇਅੰਤ ਹੈ। ਦੇਖੋ ਭਾਜੀ, ਮੈਂ ਤੇ ਸੁਣ ਦੁਖੀ ਆ। ਵਾਹਿਗੁਰੂ, ਇਹ ਕੀ ਹੋਇਆ ਜੀ? ਵਾਹਿਗੁਰੂ, ਬਿਮਾਰ ਵੀ ਹੈਗੇ ਤੁਸੀਂ? ਧੰਨ ਗੁਰੂ ਰਾਮਦਾਸ, ਵਾਹਿਗੁਰੂ। ਹੁਣੀ ਬਾਬਿਓ, ਤੁਹਾਡਾ ਗੁਰੂ ਬੇਅੰਤ ਹੈ, ਉੱਥੇ ਪਹੁੰਚ ਜਾਓ ਜਿੱਥੇ ਤੁਸੀਂ ਪਹਿਲੀ ਗੱਡੀ ਲਈ ਸੀ, ਤੁਹਾਨੂੰ ਫਿਰ ਨਵੀਂ ਗੱਡੀ ਤੁਹਾਡੇ ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਲੈ ਕੇ ਦਿੰਦੇ ਆ, ਪਹੁੰਚੋ ਤੁਸੀਂ। ਖੋਣ ਵਾਲੇ 1-2-3 ਹੋਣਗੇ, ਦੇਣ ਵਾਲਾ ਬੜਾ ਬੇਅੰਤ ਹੈ, ਉਹ ਧੰਨ ਗੁਰੂ ਰਾਮਦਾਸ ਹੈ। ਤੁਸੀਂ ਨਾ ਉੱਥੇ ਪਹੁੰਚੋ, ਰੋਣਾ ਨੀ ਬਾਬਾ ਜੀ, ਰੋਣਾ ਨੀ, ਅੱਧੇ ਘੰਟੇ ਦਾ ਨੀ, ਹੁਣੇ ਤੁਸੀਂ ਪਹੁੰਚੋ। ਹਾਂ ਨਹੀਂ, ਮੈਂ ਤੁਹਾਨੂੰ ਪੈਸੇ ਦਿੰਦਾ ਵਾ, ਮੈਂ ਤੁਹਾਨੂੰ ਪੈਸੇ ਦਿੰਦਾ ਵਾ, ਤੁਸੀਂ ਇੱਥੇ ਆਟੋ ਕਰਕੇ ਉੱਥੇ ਪਹੁੰਚੋ, ਤੇ ਰੋਣਾ ਨੀ, ਕੋਈ ਨੀ ਬਾਬਾ ਜੀ, ਰੋਣਾ ਨੀ, ਠੀਕ ਹੈ ਨਾ? ਰੋਣਾ ਨੀ ਜੇ, ਕੋਈ ਨੀ, ਤੁਹਾਡਾ ਗੁਰੂ ਬੜਾ ਬੇਅੰਤ ਹੈ।
कोई एडी गल नहीं, गुरु रामदास पातशाह ने मेरी ड्यूटी लाई है तुहाडे वर्गे। चलो कोई गल नहीं, उन्हें रख ली ओदे बदले, है ना, पुरानी गड्डी बदले एक नवी गड्डी रख ली। कोई नहीं कोई नहीं कोई 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 गल नहीं, रख लैण दो, गुरु रामदास पातशाह ने फिर नवी दे देनी है। कोई नहीं प्यारियो, ठीक है ना, तुहाडा गुरु बड़ा बेअंत है, ओए धन गुरु रामदास पातशाह। प्यारियो मैं तुहानू पैसे देना, ਇਥੋਂ ਤੁਸੀਂ ਆਟੋ ਕਰ ਲਓ ਤੇ ਉਸ ਵੀਰ ਕੋਲ ਪਹੁੰਚੋ ਜਿਹਦੇ ਕੋਲ ਆਪਾਂ ਗੱਡੀ ਲਈ ਸੀ, ਤੁਹਾਨੂੰ ਫਿਰ ਹਾਂ ਫਿਰ ਤੁਹਾਨੂੰ ਨਵੀਂ ਗੱਡੀ, ਫਿਰ ਤੁਹਾਨੂੰ ਨਵੀਂ ਗੱਡੀ ਲੈ ਦੇਣੀ ਆ, ਕਿਉਂਕਿ ਤੁਹਾਡਾ ਗੁਰੂ ਬੜਾ ਬੇਅੰਤ ਹੈ। ਠੀਕ ਹੈ ਜੀ, ਹੁਣ ਨਾ ਗਵਾਇਓ, ਹੁਣ ਜੋ ਗਵਾ ਲਿਆ, ਜੋ ਜਿਹਨੇ ਖੋਣਾ ਸੀ ਖੋ ਲਿਆ, ਪਰ ਹੁਣ ਨਾ ਗਵਾਇਓ। ਹੁਣ ਤੁਹਾਨੂੰ ਦੂਜੀ ਵਾਲੀ ਰਿਕਸ਼ਾ ਲੈ ਕੇ ਦੇ ਰਹੇ ਆ, ਹੋਣ ਵਾਲੇ ਖੋ ਸਕਦੇ ਆ, ਪਰ ਤੁਹਾਡਾ ਗੁਰੂ ਬੜਾ ਬੇਅੰਤ ਹੈ, ਉਹਨੇ ਫਿਰ ਤੁਹਾਨੂੰ ਦੇ ਦੇਣਾ, ਉਹਨੇ ਅੱਜ ਫਿਰ ਤੁਹਾਨੂੰ ਨਵੀਂ ਗੱਡੀ ਦੇ ਦਿੱਤੀ ਆ। ਪਰ ਮੇਰੀ ਇੱਕ ਬੇਨਤੀ, ਜੇ ਹੁਣ ਨਾ ਗਵਾਇਓ, ਕੋਈ ਹੁਣ ਤੁਹਾਨੂੰ ਦੂਜੀ ਵਾਰੀ ਗੱਡੀ ਲੈ ਕੇ ਦੇ ਰਹੇ ਆ, ਠੀਕ ਹੈ ਨਾ, ਪਰ ਹੁਣ ਤੁਸੀਂ ਆਪਣੇ ਧਿਆਨ ਨਾਲ ਰੱਖਿਓ ਤੇ ਧਿਆਨ ਨਾਲ ਚਲਾਇਓ, ਠੀਕ ਆ ਜੀ, ਨਾ ਹੁਣ ਨਾ ਗਵਾਚੇ, ਬਸ ਬੇਨਤੀ ਜੇ, ਠੀਕ ਹੈ ਨਾ। ਹਾਂ ਕਿਉਂਕਿ ਤੁਹਾਡੀ ਰੋਜੀ ਰੋਟੀ ਇਹੀ ਹੈ ਬਾਬਿਓ, ਕਿਸੇ ਨੇ ਬਾਰ ਬਾਰ ਨੀ ਲੈ ਕੇ ਦੇਣੀ ਹੈਗੀ, ਠੀਕ ਹੈ ਨਾ। ਚਲੋ ਠੀਕ ਆ ਪਿਆਰਿਓ, ਲੈ ਜਾਓ ਹੁਣ ਤੁਸੀਂ, ਪਰ ਹੁਣ ਉਹਨੂੰ ਸਿੰਗਲ ਮਾਰ ਕੇ ਰੱਖਿਓ, ਠੀਕ ਹੈ। ਚਲੋ ਠੀਕ ਹੈ ਜੀ, ਚੰਗਾ ਪਿਆਰਿਓ, ਲੈ ਜਾਓ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਇਹ ਬਾਬਾ ਜੀ ਦੀ ਗੱਡੀ ਜਿੱਥੋਂ ਕਿਰਾਏ ਤੇ ਲਈ ਸੀ, ਉਹ ਖੋ ਕੇ ਲੈ ਕੇ ਜਿਹੜੀ ਅਸੀਂ ਦਿੱਤੀ ਸੀ, ਤੋ ਅੱਜ ਦੂਜੀ ਗੱਡੀ ਗੁਰੂ ਰਾਮਦਾਸ ਪਾਤਸ਼ਾਹ ਦੇ ਹੁਕਮਾਂ ਚ ਦੇ ਦਿੱਤੀ ਜਾਵੇ।